ਕ੍ਰਿਪਟੋ 'ਚ ਤੁਹਾਡੇ ਪੈਸੇ ਇਨਵੈਸਟ ਕਰਵਾਉਣ ਵਾਲਿਆਂ ਤੋਂ ਜ਼ਰਾ ਬਚ ਕੇ। ਇੱਕ ਇਲਾਕੇ 'ਚ ਕ੍ਰਿਪਟੋ ਠੱਗ ਮਾਰ ਗਿਆ ਲੋਕਾਂ ਦੇ 64 ਲੱਖ, ਫਿਰ ਭੱਜ ਕੇ ਲੁੱਕ ਗਿਆ ਹਿਮਾਚਲ ਦੇ ਵਿੱਚ। ਨਵਾਂ ਨੰਗਲ ਦੇ ਲੋਕਾਂ ਨਾਲ ਹੋਈ 64 ਲੱਖ ਦੀ ਠੱਗੀ। ਹੁਣ ਪੁਲਿਸ ਨੇ ਹਿਮਾਚਲ 'ਚ ਮਾਰੀ ਰੇਡ, ਵਾਦੀਆਂ 'ਚੋਂ ਚੁੱਕ ਲਿਆਂਦਾ ਕ੍ਰਿਪਟੋ ਠੱਗ। ਤਾਂ ਵੱਡੀ ਖਬਰ ਹੈ, ਨਵਾਂ ਨੰਗਲ ਤੋਂ ਸਾਹਮਣੇ ਆ ਰਹੀ ਹੈ ਅੱਜ ਕੱਲ੍ਹ ਪ੍ਰਚਲਿਤ ਕ੍ਰਿਪਟੋ ਕਰੰਸੀ ਦੇ ਵਿੱਚ ਲੋਕ ਇਨਵੈਸਟ ਕਰ ਰਹੇ ਨੇ, ਜਿਸ ਕਰਕੇ ਲੋਕਾਂ ਨੂੰ ਕਾਫੀ ਫਾਇਦਾ ਵੀ ਹੋ ਰਿਹਾ ਹੈ ਤੇ ਦੂਜੇ ਪਾਸੇ ਲੋਕ ਕਰਜ਼ੇ ਦੇ ਵਿੱਚ ਵੀ ਡੁੱਬ ਰਹੇ ਨੇ। ਇਹ ਮਾਮਲਾ ਨਵਾਂ ਨੰਗਲ ਤੋਂ ਸਾਹਮਣੇ ਆਇਆ, ਜਿੱਥੇ ਇੱਕ ਕ੍ਰਿਪਟੋ ਦੇ ਵਿੱਚ ਇਨਵੈਸਟ ਕਰਨ ਵਾਲਾ ਏਜੰਟ 30 ਤੋਂ 35 ਲੋਕਾਂ ਦੇ 64 ਲੱਖ ਰੁਪਏ ਮਾਰ ਕੇ ਭੱਜ ਗਿਆ। ਦਰਅਸਲ 28 ਦਸੰਬਰ 2022 ਨੂੰ ਇਹ ਮਾਮਲਾ ਦਰਜ ਕਰਵਾਇਆ ਗਿਆ ਸੀ। 64 ਲੱਖ ਰੁਪਏ ਦੀ ਠੱਗੀ ਮਾਰਨ ਤੋਂ ਬਾਅਦ ਇਹ ਠੱਗ ਹਿਮਾਚਲ ਦੇ ਇੱਕ ਥਾਂ 'ਤੇ ਹਮੀਰਪੁਰ ਵਿਖੇ ਰੁਕ ਗਿਆ ਸੀ। ਇਸ ਦਾ ਨਾਮ ਰਾਜਕੁਮਾਰ ਦੱਸਿਆ ਜਾ ਰਿਹਾ ਹੈ ਅਤੇ ਇਸ ਦਾ ਸਾਥੀ ਪ੍ਰਵੀਨ ਕੁਮਾਰ। ਇਹਨਾਂ ਦੋਹਾਂ ਨੇ ਮਿਲ ਕੇ 30 ਤੋਂ 35 ਲੋਕਾਂ ਦੇ 64 ਲੱਖ ਰੁਪਏ ਮਾਰੇ ਨੇ ਅਤੇ ਉਹਨਾਂ ਨੂੰ ਵੱਡੇ ਵੱਡੇ ਸੁਪਨੇ ਵਿਖਾਏ ਸੀ ਕਿ ਕ੍ਰਿਪਟੋ 'ਚ ਇਨਵੈਸਟ ਕਰੋ ਅਤੇ ਤੁਹਾਨੂੰ ਡਬਲ ਮੁਨਾਫਾ ਹੋਵੇਗਾ। ਆਓ, ਪੁਲਿਸ ਨੇ ਕਿਵੇਂ ਕਾਰਵਾਈ ਕੀਤੀ, ਕਿਵੇਂ ਇਹਨਾਂ ਨੂੰ ਗ੍ਰਿਫਤਾਰ ਕੀਤਾ, ਜਾਣਦੇ ਹਾਂ। ਇਹ ਪਿੰਡ ਭਨਾਮ ਦੇ ਨਿਵਾਸੀਆਂ ਦੇ ਨਾਲ ਇੱਕ ਕ੍ਰਿਪਟੋ ਕੰਪਨੀ ਸੀ, ਉਹਦੇ ਜਿਹੜੇ ਬੰਦੇ ਸੀ ਉਹਨਾਂ ਵੱਲੋਂ ਧੋਖਾਧੜੀ ਕੀਤੀ ਗਈ ਸੀ 64 ਲੱਖ ਰੁਪਏ, ਜਿਹੜਾ ਬਾਅਦ ਇਨਕੁਆਇਰੀ ਮੁਕੱਦਮਾ ਦਰਜ ਹੋਇਆ ਸੀ। ਰਾਜਕੁਮਾਰ ਇਹ ਹਮੀਰਪੁਰ ਵਾਸੀ ਸੀਗਾ ਅਤੇ ਇੱਕ ਸੀਗਾ ਪ੍ਰਵੀਨ ਕੁਮਾਰ, ਉਹ ਸੀਗਾ ਹਰਸਰ ਦਾ। ਅਸੀਂ ਕੱਲ੍ਹ ਜਿਹੜਾ ਰਾਜਕੁਮਾਰ ਹੈ, ਸਾਨੂੰ ਮਲਕੀਤ ਸਿੰਘ ਹੈ ਸਰਿਆਨਪੁਰ ਟੀਰਾ, ਉਹਨੂੰ ਗ੍ਰਿਫਤਾਰ ਕਰਕੇ ਲਿਆਏ ਸੀਗੇ ਅਤੇ ਅੱਜ ਅਸੀਂ ਉਹਨੂੰ ਪੇਸ਼ ਗੱਲ ਕਰਾਂਗੇ। ਇਸ ਬੰਦੇ ਨੇ ਆਪਣੇ ਸਾਥੀਆਂ ਨੇ ਮਿਲ ਕੇ ਕਰੀਬ 64 ਲੱਖ ਰੁਪਏ ਦੀ ਠੱਗੀ ਮਾਰੀ ਸੀ। ਸਰ, ਕਿਹੜੇ ਸਾਲ ਦਾ ਮਾਮਲਾ ਹੈਗਾ ਅਤੇ ਇਹਦੇ ਬਾਕੀ ਸਾਥੀ ਕਿੰਨੇ ਟਾਈਮ 'ਚ? ਹਾਂਜੀ, ਇਹ ਹੈਗਾ ਜੀ ਮੁਕੱਦਮਾ ਨੰਬਰ 172 ਹੈ 28/12/22 ਦਾ। ਠੀਕ ਹੈ ਸਰ, 2 ਸਾਲ ਪਹਿਲਾਂ ਦਾ ਜੀ। ਅਤੇ ਇਸ ਬੰਦੇ ਨੂੰ ਕਿ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਇਹ ਨਹੀਂ ਆਇਆ ਸੀ ਅਤੇ ਸਾਨੂੰ ਪਤਾ ਲੱਗਿਆ ਤਾਂ ਅਸੀਂ ਉਹਨੂੰ ਗ੍ਰਿਫਤਾਰ ਕਰਕੇ ਲਿਆ ਸੀ। ਇਹ ਘੱਟ ਤੋਂ ਘੱਟ 30-35 ਬੰਦਿਆਂ ਦੇ ਨਾਲ ਇਹਨਾਂ ਨੇ ਠੱਗੀ ਮਾਰੀ ਹੈ। ਕੋਰਟ 'ਚ ਸਰ ਕਦ ਪੇਸ਼ ਅੱਜ ਕਰਨਾ ਕਦ ਕਰਨਾ ਜੀ? ਅੱਜ ਅਸੀਂ ਪੇਸ਼ ਕਰਾਂਗੇ, ਇਹਦੇ ਦਾ ਪੁਲਿਸ ਮੰਡ ਲੈ ਕੇ ਅੱਗੇ ਜਿਹੜੀ ਦੂਜੀ ਸ਼ਾਉਗੀ ਫਿਰ ਸੁਣਾਉਂਦਾ ਸੀ ਅੱਗੇ ਕਰ ਲਈ। ਕ੍ਰਿਪਟੋ 'ਚ ਤੁਹਾਡੇ ਪੈਸੇ ਇਨਵੈਸਟ ਕਰਵਾਉਣ ਵਾਲਿਆਂ ਤੋਂ ਜ਼ਰਾ ਬਚ ਕੇ। ਇੱਕ ਇਲਾਕੇ 'ਚ ਕ੍ਰਿਪਟੋ ਠੱਗ ਮਾਰ ਗਿਆ ਲੋਕਾਂ ਦੇ 64 ਲੱਖ, ਫਿਰ ਭੱਜ ਕੇ ਲੁੱਕ ਗਿਆ ਹਿਮਾਚਲ ਦੇ ਵਿੱਚ। ਨਵਾਂ ਨੰਗਲ ਦੇ ਲੋਕਾਂ ਨਾਲ ਹੋਈ 64 ਲੱਖ ਦੀ ਠੱਗੀ। ਹੁਣ ਪੁਲਿਸ ਨੇ ਹਿਮਾਚਲ 'ਚ ਮਾਰੀ ਰੇਡ, ਵਾਦੀਆਂ 'ਚੋਂ ਚੁੱਕ ਲਿਆਂਦਾ ਕ੍ਰਿਪਟੋ ਠੱਗ। ਤਾਂ ਵੱਡੀ ਖਬਰ ਹੈ, ਨਵਾਂ ਨੰਗਲ ਤੋਂ ਸਾਹਮਣੇ ਆ ਰਹੀ ਹੈ ਅੱਜ ਕੱਲ੍ਹ ਪ੍ਰਚਲਿਤ ਕ੍ਰਿਪਟੋ ਕਰੰਸੀ ਦੇ ਵਿੱਚ ਲੋਕ ਇਨਵੈਸਟ ਕਰ ਰਹੇ ਨੇ, ਜਿਸ ਕਰਕੇ ਲੋਕਾਂ ਨੂੰ ਕਾਫੀ ਫਾਇਦਾ ਵੀ ਹੋ ਰਿਹਾ ਹੈ ਤੇ ਦੂਜੇ ਪਾਸੇ ਲੋਕ ਕਰਜ਼ੇ ਦੇ ਵਿੱਚ ਵੀ ਡੁੱਬ ਰਹੇ ਨੇ। ਇਹ ਮਾਮਲਾ ਨਵਾਂ ਨੰਗਲ ਤੋਂ ਸਾਹਮਣੇ ਆਇਆ, ਜਿੱਥੇ ਇੱਕ ਕ੍ਰਿਪਟੋ ਦੇ ਵਿੱਚ ਇਨਵੈਸਟ ਕਰਨ ਵਾਲਾ ਏਜੰਟ 30 ਤੋਂ 35 ਲੋਕਾਂ ਦੇ 64 ਲੱਖ ਰੁਪਏ ਮਾਰ ਕੇ ਭੱਜ ਗਿਆ। ਦਰਅਸਲ 28 ਦਸੰਬਰ 2022 ਨੂੰ ਇਹ ਮਾਮਲਾ ਦਰਜ ਕਰਵਾਇਆ ਗਿਆ ਸੀ। 64 ਲੱਖ ਰੁਪਏ ਦੀ ਠੱਗੀ ਮਾਰਨ ਤੋਂ ਬਾਅਦ ਇਹ ਠੱਗ ਹਿਮਾਚਲ ਦੇ ਇੱਕ ਥਾਂ 'ਤੇ ਹਮੀਰਪੁਰ ਵਿਖੇ ਰੁਕ ਗਿਆ ਸੀ। ਇਸ ਦਾ ਨਾਮ ਰਾਜਕੁਮਾਰ ਦੱਸਿਆ ਜਾ ਰਿਹਾ ਹੈ ਅਤੇ ਇਸ ਦਾ ਸਾਥੀ ਪ੍ਰਵੀਨ ਕੁਮਾਰ। ਇਹਨਾਂ ਦੋਹਾਂ ਨੇ ਮਿਲ ਕੇ 30 ਤੋਂ 35 ਲੋਕਾਂ ਦੇ 64 ਲੱਖ ਰੁਪਏ ਮਾਰੇ ਨੇ ਅਤੇ ਉਹਨਾਂ ਨੂੰ ਵੱਡੇ ਵੱਡੇ ਸੁਪਨੇ ਵਿਖਾਏ ਸੀ ਕਿ ਕ੍ਰਿਪਟੋ 'ਚ ਇਨਵੈਸਟ ਕਰੋ ਅਤੇ ਤੁਹਾਨੂੰ ਡਬਲ ਮੁਨਾਫਾ ਹੋਵੇਗਾ। ਆਓ, ਪੁਲਿਸ ਨੇ ਕਿਵੇਂ ਕਾਰਵਾਈ ਕੀਤੀ, ਕਿਵੇਂ ਇਹਨਾਂ ਨੂੰ ਗ੍ਰਿਫਤਾਰ ਕੀਤਾ, ਜਾਣਦੇ ਹਾਂ।
ਇਹ ਪਿੰਡ ਭਨਾਮ ਦੇ ਨਿਵਾਸੀਆਂ ਦੇ ਨਾਲ ਇੱਕ ਕ੍ਰਿਪਟੋ ਕੰਪਨੀ ਸੀ, ਉਹਦੇ ਜਿਹੜੇ ਬੰਦੇ ਸੀ ਉਹਨਾਂ ਵੱਲੋਂ ਧੋਖਾਧੜੀ ਕੀਤੀ ਗਈ ਸੀ 64 ਲੱਖ ਰੁਪਏ, ਜਿਹੜਾ ਬਾਅਦ ਇਨਕੁਆਇਰੀ ਮੁਕੱਦਮਾ ਦਰਜ ਹੋਇਆ ਸੀ। ਰਾਜ ਕੁਮਾਰ ਇਹ ਹਮੀਰਪੁਰ ਵਾਸੀ ਸੀਗਾ, ਅਤੇ ਇੱਕ ਸੀਗਾ ਪ੍ਰਵੀਨ ਕੁਮਾਰ, ਉਹ ਸੀਗਾ ਹਰਸਰ ਦਾ। ਅਸੀਂ ਕੱਲ੍ਹ ਜਿਹੜਾ ਰਾਜ ਕੁਮਾਰ ਹੈ, ਸਾਨੂੰ ਮਲਕੀਤ ਸਿੰਘ ਹੈ ਸੁਜਾਨਪੁਰ ਟੀਰਾ, ਉਹਨੂੰ ਗ੍ਰਿਫਤਾਰ ਕਰਕੇ ਲਿਆਏ ਸੀਗੇ, ਅਤੇ ਅੱਜ ਅਸੀਂ ਉਹਨੂੰ ਪੇਸ਼ ਗੱਲ ਕਰਾਂਗੇ। ਇਸ ਬੰਦੇ ਨੇ ਆਪਣੇ ਸਾਥੀਆਂ ਨੇ ਮਿਲ ਕੇ ਕਰੀਬ 64 ਲੱਖ ਰੁਪਏ ਦੀ ਠੱਗੀ ਮਾਰੀ ਸੀ। ਸਰ, ਕਿਹੜੇ ਸਾਲ ਦਾ ਮਾਮਲਾ ਹੈਗਾ ਅਤੇ ਇਹਦੇ ਬਾਕੀ ਸਾਥੀ ਕਿੰਨੇ ਟਾਈਮ 'ਚ? ਹਾਂਜੀ, ਇਹ ਹੈਗਾ ਜੀ ਮੁਕੱਦਮਾ ਨੰਬਰ 172 ਹੈ 28/12/22 ਦਾ। ਠੀਕ ਹੈ ਸਰ, 2 ਸਾਲ ਪਹਿਲਾਂ ਦਾ ਜੀ। ਅਤੇ ਇਸ ਬੰਦੇ ਨੂੰ ਕਿ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਇਹ ਨਹੀਂ ਆਇਆ ਸੀ, ਅਤੇ ਸਾਨੂੰ ਪਤਾ ਲੱਗਿਆ ਤਾਂ ਅਸੀਂ ਇਹਨੂੰ ਇੱਥੇ ਗ੍ਰਿਫਤਾਰ ਕਰਕੇ ਲਿਆ ਸੀ। ਇਹ ਘੱਟ ਤੋਂ ਘੱਟ 30-35 ਬੰਦਿਆਂ ਦੇ ਨਾਲ ਇਹਨਾਂ ਨੇ ਠੱਗੀ ਮਾਰੀ ਹੈ। ਕੋਰਟ 'ਚ ਸਰ ਕਦ ਪੇਸ਼ ਅੱਜ ਕਰਨਾ ਕਦ ਕਰਨਾ ਜੀ? ਅੱਜ ਅਸੀਂ ਪੇਸ਼ ਕਰਾਂਗੇ, ਫਿਰ ਇਹਦਾ ਪੁਲਿਸ ਮੰਡ ਲੈ ਕੇ ਅੱਗੇ ਜਿਹੜੀ ਤੁਸੀਂ ਸ਼ਾਹ ਫਿਰ ਸੁਣਾਉਣਾ ਸੀ ਕਰ ਲਈ। ਡਨ ਸਰ।